ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀਓ ਮਨ ਬ੍ਰਤੀਆਂ ਨੂੰ ਇਕਾਗਰ ਕਰੋ ਇਕਠੀਆਂ ਕਰੋ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਇਸ ਸਮਾਨ ਨੂੰ ਜੋੜਨਾ ਕਰੀਏ ਕੋਈ ਮਾਨੇ ਜੁੜਿਆ ਹੋਇਆ ਹੈ ਦੁਨੀਆਂ ਦੇ ਨਾਲ ਚੀਜ਼ਾਂ ਦੇ ਨਾਲ ਮੋਹ ਮਾਇਆ ਮਮਤਾ ਦੇ ਨਾਲ ਆ ਜੋ ਦੁਨੀਆਂ ਦਾ पसारा ਹੈ ਜਿਹੜਾ ਅੰਤ ਵੇਲੇ ਨਾਲ ਵੀ ਨਹੀਂ ਜਾਂਦਾ ਇਹ ਮੋਹ ਮਾਇਆ ਸਭ पसਰਿਆ ਨਾਲ ਚੱਲੇ ਨਾ ਅੰਤਿਵਾਰ ਮਾਨੇ ਨਾਲ ਚੰਬੜਿਆ ਪਿਆ ਹੈ ਮਨ ਨੂੰ ਆਪਣਾ ਨਿੱਜ ਕਰ ਭੁੱਲ ਗਿਆ ਹੈ ਪਰਮਾਤਮਾ ਵਾਹਿਗੁਰੂ ਜੀ ਅਕਾਲ ਪੁਰਖ ਜੀ ਭੁੱਲ ਗਏ ਹਨ ਇਹ ਦੁਨੀਆ ਖੇਡ ਹੈ ਇੱਥੇ ਹਰ ਕੋਈ ਖੇਡ ਰਿਹਾ ਹੈ ਆਪੋ ਆਪਣੀਆਂ ਖੇਡਾਂ ਅੱਖਾਂ ਵੇਖਣ ਰੱਜੀਆਂ ਬਹੁ ਰੰਗ ਤਮਾਸ਼ੇ ਹਰ ਇੱਕ ਦੀਆਂ ਖੇਡਾਂ ਦੇਖ-ਦੇਖ ਦੇਖ-ਦੇਖ ਇਹ ਅੱਖਾਂ ਨਹੀਂ ਰੱਜਦੀਆਂ ਕੰਨ ਵੀ ਸੁਣ-ਸੁਣ ਕੇ ਆਵਾਜ਼ ਨੂੰ ਨਹੀਂ ਰੱਜਦੇ ਪਤਾ ਨਹੀਂ ਕਿੰਨੇ ਅੰਕ ਖੇਡਾਂ ਖੇਡੀਆਂ ਜਾ ਰਹੀਆਂ ਹਨ ਅੱਖਾਂ ਵੇਖ ਨਰ ਜੀਆਂ ਬਹੁ ਰੰਗ ਤਮਾਸ਼ੇ بڑے ਤਮਾਸ਼ੇ ਲੱਗੇ ਹੋਏ ਹਨ ਦੁਨੀਆ ਤੇ ਇਹ ਦੁਨੀਆ ਤਮਾਸ਼ਾ ਹੀ ਹੈ ਜਿਵੇਂ ਕਾਲੀ ਵੀ ਬੇਨਤੀ ਕੀਤੀ ਸੀ ਸਾਹਿਬ ਪਲਗੀਆਂ ਵਾਲੇ ਦਸ਼ਮੇਸ਼ ਪਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਉਨ੍ਹਾਂ ਦੇ ਫਰਮਾਨ ਹਨ ਦੇਖਣ ਆਇਓ ਜਗਤ ਤਮਾਸ਼ਾ ਹਰ ਬੰਦਾ ਇੱਥੇ ਤਮਾਸ਼ਾ ਦੇਖਣ ਵਾਸਤੇ ਆਇਆ ਹੋਇਆ ਹੈ ਨਾਮ ਜਪ ਕੇ ਚੰਗੇ ਕਰਮ ਕਰਕੇ ਸਿਮਰਨ ਕਰਕੇ ਆਇਓ ਸੁਣਨ ਪੜਨ ਕੋ ਬਾਣੀ ਗੁਰਬਾਣੀ ਪੜ੍ਹ ਕੇ ਸੁਣ ਕੇ ਕੀਰਤਨ ਕਰਕੇ ਸੁਣ ਕੇ ਹਰ ਦਿਨ ਰੇਣ ਕੀਰਤਨ ਗਾਈ ਹੈ ਬੋੜ ਨਾ ਜੋਨੀ ਪਾਈਏ ਜੁਨਾਂ ਤੋਂ ਬਚ ਕੇ ਅਕਾਲ ਪੁਰਖ ਜੀ ਦੇ ਚਰਨਾਂ ਵਿੱਚ ਫਿਰ ਵਾਪਸ ਜਾਣਾ ਹੈ ਕਿਉਂਕਿ ਜਿਹੜਾ ਆਇਆ ਹੈ ਉਹਨੇ ਜਾਣਾ ਹੀ ਜਾਣਾ ਹੈ ਇੰਨਾ ਹੈ ਕਿ ਵਾਰੀ ਆਪੋ ਆਪਣੀ ਹੈ ਸਭ ਕੋਈ ਆਈ ਵਾਰੀ ਹੈ ਜਦੋਂ ਕਿਸੇ ਦੀ ਵਾਰੀ ਆਉਂਦੀ ਹੈ ਉਦੋਂ ਇਹ ਮੋਹ ਮਾਇਆ ਦਾ ਜਾਲ ਇਦੇ ਵਿੱਚੋਂ ਅਕਾਲ ਪੁਰਖ ਵਾਹਿਗੁਰੂ ਜੀ ਕੱਢ ਕੇ ਲੈ ਜਾਂਦੇ ਹਨ ਇਹ ਖੇਲ ਹੈ ਪਲੇ ਗਰਾਊਂਡ ਹੈ ਹੁਣ ਇਹ ਬੰਦੇ ਨੇ ਵੇਖਣਾ ਹੈ 84 ਲੱਖ ਜੌਨ ਵਿੱਚੋਂ ਇਹਨੂੰ ਸਾਰਾ ਪਤਾ ਹੈ ਇਹਦੇ ਹੱਥ ਵਿੱਚ ਦੀਵਾ ਹੈ ਹਾਥ ਦੀਪ ਦੀਵਾ ਉਹ ਵੇਤੇ ਕਮਰੇ ਵਿੱਚੋਂ ਹਨੇਰੇ ਕਮਰੇ ਵਿੱਚੋਂ ਸਭ ਕੁਝ ਦਿਸਣ ਲੱਗ ਪੈਂਦਾ ਹੈ। ਇਹਦੇ ਹੱਥ ਵਿੱਚ ਦੀਵਾ ਹੈ। ਅੱਖਾਂ ਵਿੱਚ ਵਾਹਿਗੁਰੂ ਜੀ ਨੇ ਜੋਤ ਬਖਸ਼ਿਸ਼ ਕੀਤੀ ਹੋਈ ਹੈ। ਅੱਗੇ ਟੋਆ ਹੈ। ਅੱਗੇ ਟੱਬਾ ਹੈ। ਅੱਗੇ ਖੂਵ ਹੈ। ਇਹਨੂੰ ਸਾਰਾ ਕੁਝ ਦਿਸਦਾ ਹੈ। ਜਾਣਦਿਆਂ ਹੋਇਆ ਵੀ ਜਾਣ ਜਾਣ ਕੇ ਖੋਹ ਵਿੱਚ ਡਿੱਗਦਾ ਹੈ ਬਾਰ ਬਾਰ ਨਿੰਦਿਆ ਕਰਦਾ ਹੈ ਬਾਰ ਬਾਰ ਚੁਗਲੀ ਕਰਦਾ ਹੈ ਚੁਗਲੀ ਕਰ ਜੋ ਕਾਜ ਬਿਗਾਰੇ ਭ੍ਰਿਗ ਤਿਸ ਜਨਮ ਜੋ ਧਰਮ ਵਿਸਾਰੇ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਰਹਿਤ ਨਾਮੇ ਤ੍ਰੇਗੋ ਨਾਮ ਦਾ ਜਨਮ ਹੈ ਚੁਗਲੀ ਕਰਕੇ ਕਿਸੇ ਦਾ ਕਾਰਜ ਹੁੰਦਾ ਹੋਇਆ ਵਿਗਾੜ ਦੇਣ ਗੁਰੂ ਸਾਹਿਬ ਨੇ ਰੋਕਿਆ ਹੈ ਚੋਗਲ ਨਿੰਦਕ ਪੁਖੇਰੋਲਮ ਹੋਏ ਇਹ ਹਮੇਸ਼ਾ ਹੀ ਭੁੱਖੇ ਰਹਿੰਦੇ ਹਨ ਗੁਰਬਾਣੀ ਦੇ ਹੁਕਮ ਹਨ ਪੜਿਆ ਕਰੋ ਚੋਗਲ ਨਿੰਦਕ ਪੁਖੇਰੋਲਮ ਹੋਏ ਉਹਨਾਂ ਹੱਥ ਨਾਲ ਕਿਥਾਉ ਪਾਏ ਇਹਨਾਂ ਦਾ ਹੱਥ ਕਿਤੇ ਵੀ ਨਹੀਂ ਪੈਂਦਾ ਨਾ ਕੋਈ ਇਹਨਾਂ ਤੇ ਭਰੋਸਾ ਕਰਦਾ ਹੈ ਮੂੰਹ ਤੇ ਸਾਰੇ ਕਹਿ ਦਿੰਦੇ ਨੇ ਚੰਗਾ ਚੰਗਾ ਪਰ ਦਿਲੋਂ ਕੋਈ ਨੇਉ ਨਹੀਂ ਕਰਦਾ ਕੋਈ ਪਿਆਰ ਨਹੀਂ ਕਰਦਾ ਸਾਈਡ ਤੇ ਹੋ ਕੇ ਕਹਿ ਵੀ ਦਿੰਦੇ ਨੇ ਇਹ ਤਾਂ ਚੁਗਲੀਆਂ ਹੀ ਕਰਦੇ ਰਹਿੰਦੇ ਹਨ ਸਤਗੁਰਾਂ ਨੇ ਰੋਕਿਆ ਹੈ ਇਸ ਜੀਪਾ ਨਾਲ ਨਿੰਦਾ ਚੁਗਲੀ ਨਹੀਂ ਕਰਨੀ ਇਸ ਜੀਪਾ ਨਾਲ ਜਪਣਾ ਹੈ ਸਤਨਾਮ ਸ੍ਰੀ ਵਾਹਿਗੁਰੂ ਇਨ ਆਹ ਕਨਾਲ ਦੁਨੀਆ ਨੂੰ ਵੀ ਤੱਕਣਾ ਹੈ ਕੰਮਕਾਰ ਵੀ ਕਰਨੇ ਹਨ ਗੁਰਦੁਆਰਾ ਸਾਹਿਬ ਜਾ ਕੇ ਸਾਜ ਸੰਗਤ ਵਿੱਚ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਜਾ ਕੇ ਮੱਥਾ ਟੇਕਣਾ ਹੈ ਦਰਸ਼ਨ ਕਰਨੇ ਹਨ ਸਾਜ ਸੰਗਤ ਦੇ ਮਨ ਨੂੰ ਸਾਧਣਾ ਹੈ ਸਿੱਧਾ ਕਰਨਾ ਹੈ ਕਿਉਂਕਿ ਮਨ ਟੇਡਾ ਹੋ ਗਿਆ ਹੈ ਚਲ ਤਕਾ ਤੇ ਟੇਡੇ ਟੇਡੇ ਆਡੀਆਂ ਦੇ ਮੋਠਾ ਹੈ ਵਿੱਚ ਕੁਝ ਕਿਲੋ ਲਊ ਹੈ ਬੜਾ ਟੇਡਾ ਚੱਲਦਾ ਹੈ ਹਲੇ ਕਿਤੇ ਤੇ ਵੀ ਟਾਈਮ ਆ ਜਾਣਾ ਹੈ ਟੇਡਾ ਚੱਲਣ ਦਾ ਗੋਡੇ ਗਿੱਟੇ ਪੈਰ ਕੰਮ ਨਹੀਂ ਕਰਨਗੇ ਸਿੱਧਾ ਨਾ ਤੁਰਿਆ ਜਾਵੇਗਾ ਕੁੱਬੇ ਹੋ ਕੇ ਟੇਡੇ ਹੋ ਕੇ ਬੜੇ ਔਖੇ ਹੋ ਕੇ ਤੁਰਨਾ ਪਵੇਗਾ ਚਲਤ ਕਤ ਟੇਡੇ ਟੇਡੇ ਮਾਨਨ ਉਪਦੇਸ਼ ਹਨ ਕਿਉਂ ਟੇਡਾ ਚੱਲਦਾ ਹੈ ਸਿੱਧਾ ਚੱਲਿਆ ਕਰ ਗੁਰੂ ਦੀ ਬਾਣੀ ਸੁਣਿਆ ਕਰ ਇਹਨਾਂ ਅੱਖਾਂ ਨੂੰ ਕੰਟਰੋਲ ਵਿੱਚ ਰੱਖਿਆ ਕਰ ਇਹਨਾਂ ਕੰਨਾਂ ਨਾਲ ਕਿਸੇ ਦੀ ਨਿੰਦਿਆ ਨਾ ਸੁਣਿਆ ਕਰ ਜੇ ਕੋਈ ਨਿੰਦਿਆ ਕਰਦਾ ਵੀ ਪਿਆ ਹੈ ਆਪਣੇ ਆਪ ਨੂੰ ਉਥੋਂ ਮੂਵ ਕਰ ਲਿਆ ਕਰ ਹਟਾ ਲਿਆ ਕਰ ਬਾਹਰ ਨਿੰਦਾ ਸੁਣ ਆਪ ਹਟਾਵੇ ਆਪਣੇ ਆਪ ਨੂੰ ਉੱਥੋਂ ਹਟਾ ਕੇ ਚਲਾ ਜਾਇਆ ਕਰੋ ਬੰਦੇ ਨੇ ਜਨਮ ਲਿਆ ਹੈ 84 ਲੱਖ ਜোন ਵਿੱਚੋਂ ਸਰਦਾਰੀ ਬਖਸ਼ਿਸ਼ ਕੀਤੀ ਹੈ ਅਕਾਲ ਪੁਰਖ ਵਾਹਿਗੁਰੂ ਜੀ ਨੇ ਕੱਲ ਵੀ ਆਪ ਜੀ ਨੇ ਸਰਵਣ ਕੀਤਾ ਸੀ ਅਵਰ ਜੋਂਨ ਹੋਰ ਜੋਂਨਾ ਜੜੀਆਂ ਹਨ ਤੇਰੀ ਪਨਹਾਰੀ ਪਨਹਾਰੀ ਕਹਿੰਦੇ ਨੇ ਪਾਣੀ ਢੋਣ ਵਾਲੀ ਔਰ ਬਾਕੀ ਸਾਰੀਆਂ ਜੋਨਾ ਪਾਣੀ ਢੋਣ ਵਾਲੀਆਂ ਹਨ ਬੰਦੇ ਦੇ ਵਸ ਵਿੱਚ ਹਨ ਜਿਵੇਂ ਬੰਦਾ ਉਹਨਾਂ ਨੂੰ ਨਾ ਚਾਹੁੰਦਾ ਹੈ ਤਵੇਂ ਲੱਚਦੀਆਂ ਫਿਰਦੀਆਂ ਹਨ ਸ਼ੇਰ ਬਗਿਆਲ ਸਭ ਕਾਬੂ ਕੀਤੇ ਹੋਏ ਹਨ ਇਸ ਬੰਦੇ ਨੇ ਸਭ ਪਿੰਜਰਿਆਂ ਵਿੱਚ ਬੰਦ ਕੀਤੇ ਹੋਏ ਹਨ ਸਾਰੀਆਂ ਜੋਨਾ ਇਸ ਦਾ ਪਾਣੀ ਪਰਦੀਆਂ ਹਨ ਇਸ ਕਰਕੇ ਮਾਨਸ ਜਨਮ ਸਾਰਿਆਂ ਤੋਂ ਉੱਤਮ ਗਿਣਿਆ ਹੈ ਤੇ ਚੰਗਾ ਮਾੜਾ ਵੀ ਨੂੰ ਦੀਵਾ ਦੇ ਦਿੱਤਾ ਹੈ ਇਸ ਦੀ ਸੁਰਤ ਵਿੱਚ ਬੁੱਧ ਵਿੱਚ ਮਤ ਵਿੱਚ ਆ ਚੰਗਾ ਹੈ ਆ ਮਾੜਾ ਹੈ ਇੰਜ ਦੇਖੇਗਾ ਅੱਖਾਂ ਨੂੰ ਦੋਸ਼ ਲੱਗੇਗਾ ਇੰਜ ਦੇਖੇਗਾ ਅੱਖਾਂ ਪਵਿੱਤਰ ਹੋ ਜਾਣਗੀਆਂ ਗੁਰੂ ਦੇ ਦਰਸ਼ਨ ਕਰਕੇ ਕੰਨਾਂ ਨਾਲ ਨਿੰਦਾ ਚੁਗਲੀ ਸੁਣੇਗਾ ਤੇਰੇ ਤੇ ਭਾਰ ਪੈ ਜਾਵੇਗਾ ساری ساری ਨੀਂਦ ਨਾ ਆਵੇਗੀ ਇਨਾ ਹੱਥਾਂ ਨਾਲ ਜ਼ੁਲਮ ਕਰਕੇ ਲਹੂ ਨਾਲ ਹੱਥ ਰੰਗ ਲਵੇਗਾ ਇਹ ਤੂੰ ਦੇਖਣਾ ਹੈ ਮੇਰੇ ਹੱਥਾਂ ਨੂੰ ਲਹੂ ਲੱਗਾ ਹੋਇਆ ਹੈ ਮੈਂ ਕੋਈ ਮਾੜਾ ਕਰਮ ਤੇ ਨਹੀਂ ਕੀਤਾ ਮੈਂ ਦਇਆਹੀਣ ਤੇ ਨਹੀਂ ਇਨਾ ਥਾਣਾ ਤੋਂ ਗੁਰੂ ਘਰ ਦੇ ਭਾਂਡੇ ਮਾਂਜ ਰਿਹਾ ਹੈ ਸਾਧ ਸੰਗਤ ਦੇ ਲੰਗਰ ਦੇ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੇ ਜਾ ਕੇ ਇਹ ਤੂੰ ਦੇਖਣਾ ਹੈ ਤੇਰੇ ਹੱਥ ਕੀ ਕਰਦੇ ਹਨ ਸੋਝੀ ਦਿੱਤੀ ਹੋਈ ਹੈ ਅਕਾਲ ਪੁਰਖ ਵਾਹਿਗੁਰੂ ਜੀ ਨੇ ਮਾਨਸ ਜਨਮ ਦੇ ਵਿੱਚ دیਵਾ ਦਿੱਤਾ ਹੋਇਆ ਹੈ ਮਤ ਵਿੱਚ ਬੁੱਧ ਵਿੱਚ ਮੈਮਰੀ ਵਿੱਚ ਮਨ ਨੂੰ ਗਿਆਨ ਪੂਰਾ ਦਿੱਤਾ ਹੋਇਆ ਹੈ ਪਰ ਗਿਆਨ ਹੁੰਦਿਆਂ ਹੋਇਆਂ ਵੀ ਮਨ ਤੇ ਮਾਇਆ ਦਾ ਪ੍ਰਭਾਵ ਦੁਨੀਆ ਦਾ ਪ੍ਰਭਾਵ ਰੂਪ ਰੰਗ ਦਾ ਪ੍ਰਭਾਵ ਬਹੁਤਾ ਪੈ ਗਿਆ ਹੈ ਜਿਸ ਕਰਕੇ ਆਪਣੀ ਹੋਣ ਤੋਂ ਵੀ ਇਸ ਨੂੰ ਭੁੱਲ ਗਈ ਹੈ ਕੌਣ ਬੀਂਗ ਹੋਂਦ ਭੁੱਲ ਬੈਠਾ ਹੈ ਮੈਂ ਕੌਣ ਹਾਂ ਕੌਣ ਰੇ ਤੂੰ ਕਹਾਂ ਤੇ ਆਇਓ ਇਤੀ ਨਾ ਜਾਨੋ ਕੇਤੀ ਕਮੁੱਦ ਚਲਤੇ ਖਬਰ ਨਾ ਪਾਇਓ ਤੈਨੂੰ ਪਤਾ ਨਹੀਂ ਕਦੋਂ ਚਲੇ ਜਾਣਾ ਹੈ ਆਪਣੀ ਹੋਂਦ ਦੀ ਗਵਾ ਬੈਠਾ ਤੂੰ ਆਪਣਾ ਮੋਲ ਹੀ ਗਵਾ ਬੈਠਾ ਹੈ ਐਨਾ ਪ੍ਰਭਾਵ ਪੈ ਗਿਆ ਦੁਨੀਆ ਦਾ ਤੇਰੇ ਤੇ ਆ ਕਰ ਲਵਾਂ ਉਹ ਕਰ ਲਵਾਂ ਇੱਥੇ ਡੇਰਾ ਲਾ ਕੇ ਬਹਿ ਗਿਆ ਹੈ ਡੱਡਾ ਡੇਰਾ ਇਹ ਨਹੀਂ ਐ ਬੰਦਿਆ ਪੱਟੀ ਪੜੇ ਆਕਾਰ ਕੂੜਾ ਏੜਾ ਈੜੀ ਸਸਾਹਾ ਹਾ ਕੱਕਾ ਖਖਾ ਸਾਰੇ ਉਪਦੇਸ਼ ਪੜਿਆ ਕਰ ਡੱਡਾ ਡੇਰਾ ਇਹ ਨਹੀਂ ਇਹ ਦੁਨੀਆ ਥੋੜੀ ਤੇਰਾ ਡੇਰਾ ਹੈ ਤੇਰਾ ਡੇਰਾ ਤੇ ਹੋਇ ਕਿਤੇ ਹੈ ਜੰਗਲਾਂ ਦੇ ਵਿੱਚ ਹੈ ਐੜੀ ਸੋਹਣੀ ਬਾਣੀ ਬੋਢੀ ਹੈ ਐਨੀ ਸੋਹਣੀ ਬਾਣੀ ਤਨ ਸਵਾਰਦੀ ਹੈ ਰੋਜ ਜੇ ਤੂੰ ਨਹੀਂ ਪੜਦਾ ਤੇ ਕੰਨਾ ਨਾਲ ਸੁਣਦਾ ਹੈ ਤਾਂ ਵੀ ਤੈਨੂੰ ਸਵਾਰਦੀ ਹੈ ਜੇ ਤੂੰ ਆਪਣੇ ਆਪ ਨੂੰ ਸਵਾਰ ਲਵੇਂ ਏਡੀ ਸੋਹਣੀ ਬਾਣੀ ਦੇ ਨਾਲ ਆਪ ਸਵਾਰੇ ਮਹਿ ਮਿਲੇ ਮਹਿ ਮਿਲਿਆ ਸੁਖ ਹੋਏ ਮਹਾਰਜ ਮਿਲ ਪੈਂਦੇ ਹਨ ਜੇ ਤੂੰ ਗੁਰਬਾਣੀ ਨਾਲ ਪਿਆਰ ਕਰੇ ਗੁਰਬਾਣੀ ਇਸ ਜਗ ਮੈਂ ਚਾਨਣ ਤੇਰੀ ਮੱਤ ਵਿੱਚ ਵੀ ਦੀਵਾ ਹੈ ਚੰਗੇ ਮਾੜੇ ਦਾ ਪਰਮਾਨਸ ਹੁੰਦਿਆਂ ਹੋਇਆਂ 84 ਲੱਖ ਜੂਨ ਦਾ ਸਰਦਾਰ ਹੁੰਦਿਆਂ ਹੋਇਆਂ ਵੀ ਤੂੰ ਬਾਰ 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 ਮਾੜੇ ਕੰਮ ਕਰਦਾ ਹੈ ਭੈੜੇ ਕੰਮ ਕਰਦਾ ਹੈ ਗੁਰਬਾਣੀ ਵਿੱਚ ਕਰਮ ਫਰਮਾਇਆ ਹੈ ਕਰਮ ਭੇੜੇ ਕਰਦਾ ਹੈ ਕਰਮਾ ਕਰਕੇ ਮਾੜੇ ਕੰਮਾ ਕਰਕੇ ਵਾਹਿਗੁਰੂ ਜੀ ਕੋਲੋਂ ਵਿਛੜ ਜਾਂਦਾ ਹੈ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲ ਹੋ ਰਾਮ ਕਿਰਤ ਐਸੀ ਕਰ ਬੈੰਦਾ ਹੈ ਕੰਮ ਐਸੀ ਕਰ ਬੈੰਦਾ ਹੈ ਮਾਲਕ ਤੋਂ ਵਿਛੜ ਜਾਂਦਾ ਹੈ ਦੂਰੀਆਂ ਬਣ ਜਾਂਦੀਆਂ ਹਨ ਵਿਛੋੜੇ ਪੈ ਜਾਂਦੇ ਹਨ ਇਨ੍ਹਾਂ ਪ੍ਰਭਾਵ ਮਾਇਆ ਦਾ ਇਨ੍ਹਾਂ ਪ੍ਰਭਾਵ ਮਾਇਆ ਦਾ ਤੋਂ ਆਪਣਾ ਆਪ ਤੇ ਪਛਾਨ ਮਨ ਤੋਂ ਜੋਤ ਸਰੂਪ ਹੈ ਤੂ ਤੇ ਵਾਹਿਗੁਰੂ ਦੀ ਜੋਤ ਦਾ ਹਿੱਸਾ ਹੈ ਜੋਤ ਵਿੱਚ ਹੀ ਮਿਲ ਜਾਣਾ ਹੈ ਮੁੜ ਕੇ ਬੰਦਿਆ ਇਨਾਂ ਮਾਇਆ ਦਾ ਪ੍ਰਭਾਵ ਤੇਰੇ ਤੇ ਪੈ ਗਿਆ ਹੈ ਤੈਨੂੰ ਆਪਣਾ ਆਪ ਹੀ ਭੁੱਲ ਗਿਆ ਹੈ ਮਾਂ ਦੇ ਕੋਖ ਵਾਲੇ ਦਿਨ ਭੁੱਲ ਗਏ ਹਨ ਪੁੱਠਾ ਲਟਕਿਆ ਸੀ 12 ਸਾਲ ਮਾਤਾ ਪਿਤਾ ਦੇ ਨਾਲ ਰਿਹਾ ਸੀ ਸਭ ਭੁੱਲ ਗਿਆ 12 ਬਰਸ ਬਾਲਪਨ ਬੀਤੇ ਜੋਵਾਨ ਹੋ ਗਿਆ 20 ਬਰਸ ਕਛਤਪ ਨਾ ਕੀਓ ਵਿਆਹ ਆ ਵਰਿਆ ਗਿਆ 30 ਬਰਸ ਕਛਦੇਵ ਨਾ ਪੂਜਾ ਗੁੱਡਾ ਹੋ ਗਿਆ ਫਿਰ ਪਛਤਾਨਾ ਬਿਰਧ ਪਇਓ ਹੱਥ ਕੰਬਦੇ ਨੇ ਕੋਹਣੀਆਂ ਵੱਜ ਜਾਂਦੀਆਂ ਨੇ ਦਰਵਾਜ਼ਿਆਂ ਨਾਲ ਇੱਧਰ ਉੱਧਰ ਸੱਟਾਂ ਵੱਜ ਜਾਂਦੀਆਂ ਨੇ ਸਹੀਆਂ ਨਹੀਂ ਜਾਂਦੀਆਂ ਆ ਪਿੰਜਰਾ ਲੱਕੜ ਦਾ ਆ ਹੱਡੀਆਂ ਨੂੰ ਲੱਕੜਾਂ ਕਹਿੰਦੇ ਹਾਂ ਮਾਸ ਸਾਰਾ ਖਤਮ ਹੋ ਜਾਂਦਾ ਹੈ ਅਚਾਨਕ ਹੀ ਹੱਥਾਂ ਵਿੱਚੋਂ ਕੱਪ ਡਿੱਗ ਪੈਂਦੇ ਹਨ ਸਬਜ਼ੀਆਂ ਡਿੱਗ ਪੈਂਦੀਆਂ ਹਨ ਪਲੇਟਾਂ ਡਿੱਗ ਪੈਂਦੀਆਂ ਹਨ ਉਹ ਬਾਲ ਤਾਕਤ ਕਿੱਥੇ ਗਿਆ ਜਿਹੜਾ ਪੈਨ ਦੇ ਨਾਲ ਲਿਖਦਾ ਸੀ ਇੰਨੀ ਸੋਹਣੀ ਰਾਈਟਿੰਗ ਗੁਰਮੁਖੀ ਵਿੱਚ ਇੰਗਲਿਸ਼ ਵਿੱਚ ਜੋ ਵੀ ਲਿਖਦਾ ਸੀ ਇੰਨੇ ਸੋਹਣੇ ਸੋਹਣੇ ਅੱਖਰ ਲਿਖਦਾ ਸੀ ਐ ਅੰਗੂਠੇ ਤੇ ਪਹਿਲੀ ਉਂਗਲ ਤੇ ਤੀਜੀ ਉਂਗਲ ਨੂੰ ਨਾਲ ਰਲਾ ਕੇ ਕਲਮ ਫੜ ਕੇ ਪੈਨ ਫੜ ਕੇ ਇਨਾਮ ਮਿਲਦੇ ਹੁੰਦੇ ਸਨ ਅੱਜ ਉਹ ਉਂਗਲਾਂ ਬਿੰਗੀਆਂ ਹੋ ਗਈਆਂ ਅੱਜ ਨਹੀਂ ਸਿੱਧਾ ਲਿਖਿਆ ਜਾਂਦਾ ਅੱਜ ਨਹੀਂ ਕਲਮ ਫੜੀ ਜਾਂਦੀ ਅੱਜ ਨਹੀਂ ਪੈਨ ਫੜਿਆ ਜਾਂਦਾ ਉਹ ਬਲ ਕਿੱਥੇ ਗਿਆ ਉਹ ਤਾਕਤ ਕਿੱਥੇ ਗਈ ਇਹ ਫਿੰਗਰ ਇਹ ਉਂਗਲਾਂ ਕਿੰਨਾ ਸਾਥ ਦਿੰਦੀਆਂ ਸਨ ਨਾ ਹੱਥਾਂ ਦਾ ਹੋ ਜਾਂਦਾ ਪਰ ਉਂਗਲਾਂ ਦੇ ਵਿੱਚ ਕਿੰਨਾ ਕੁਝ ਕੱਪ ਟੰਗੇ ਜਾਂਦੇ ਹਨ ਪਰ ਸ਼ਾਬਦੇ ਫੜ ਲੋ ਕਿੰਨਾ ਕਿੰਨਾ ਸਮਾਨ ਇਹ 10 ਉਂਗਲਾਂ ਸਾਰਾ ਦਿਨ ਸਾਥ ਦਿੰਦੀਆਂ ਹਨ ਜਿਹਨੂੰ ਕਹਿੰਦੇ ਨੇ ਹੱਥ ਜਿਵੇਂ ਬੰਦਾ ਹੈ ਲੱਗਦਾ ਹੈ ਮਿੱਟੀ ਦੀ ਢੇਰੀ ਪਰ ਪਿੰਡ ਵਸਿਆ ਹੋਇਆ ਹੈ ਅੱਖਾਂ ਨੱਕ ਕੰਨ ਜੀਬ ਗੁਪਤ ਇੰਦਰੀਆਂ ਹੱਥ 10 ਉਂਗਲਾਂ ਪੈਰ ਇਹ ਬੜਾ ਵੱਡਾ ਨਗਰ ਹੈ ਪਿੰਡ ਹੈ ਹਾ ਜਿਹੜਾ ਤਨ ਹੈ ਕਾਇਆ ਹੈ ਸਰੀਰ ਹੈ ਸੋ ਮਾਇਆ ਦਾ ਦੁਨੀਆ ਤੇ ਇੰਨਾ ਪ੍ਰਭਾਵ ਪੈ ਗਿਆ ਰੂਪਾਂ ਦਾ ਰੰਗਾਂ ਦਾ ਰੂਪਾਂ ਵੱਲ ਹੀ ਤੱਕਦਾ ਰਹਿੰਦਾ ਹੈ ਪਰਮੇਸ਼ਰ ਦਾ ਰੂਪ ਵਿਸਰ ਜਾਂਦਾ ਹੈ ਪਰਮਾਤਮਾ ਦਾ ਵਾਹਿਗੁਰੂ ਜੀ ਦਾ ਰੂਪ ਪੁਲਾਹ ਬਹਿੰਦਾ ਹੈ ਜਿਵੇਂ ਚੁੰਬਕ ਖਿੱਚ ਲੈਂਦੀ ਹੈ ਤਵੇਂ ਦੁਨੀਆਂ ਨੇ ਬੰਦੇ ਦੇ ਮਨ ਨੂੰ ਖਿੱਚ ਲਿਆ ਭੁਲਾ ਦਿੱਤੇ ਵਾਹਿਗੁਰੂ ਜੀ ਇਹ ਖੇਡ ਹੈ ਤੇ ਖੇਡ ਵਿੱਚ ਮਾਲਕ ਵੀ ਦੇਖਦੇ ਨੇ ਬੰਦਾ ਕੀ ਕਰਦਾ ਹੈ ਕਈ ਵਾਰੀ ਆਪ ਹੀ ਭੁਲਾ ਦਿੰਦੇ ਨੇ ਆਪ ਉਹ ਲਾਇਆ, ਉਹ ਲਾਵਣ ਹਾਰੇ, ਰਾਤ ਰਿਓ ਬਿਰਥਾ ਵਿਵਹਾਰ, ਹੋਰ ਨਾ ਕੰਮਾਂ ਚ ਲਾ ਦੇਉਂਦੇ ਨੇ। ਦੇਖੋ ਇਹ ਮੁੜ ਕੇ ਆਉਂਦਾ ਹੈ, ਘਰ ਕਿ ਨਹੀਂ ਆਉਂਦਾ, ਨਾਮ ਜਪਦਾ ਹੈ ਕਿ ਨਹੀਂ ਜਪਦਾ, ਇਹ ਚੰਗੇ ਕਰਮ ਕਰਦਾ ਹੈ ਕਿ ਨਹੀਂ ਕਰਦਾ। ਵਾਹਿਗੁਰੂ ਕਈ ਵਾਰੀ ਆਪ ਹੀ ਦੂਰ ਕਰ ਦਿੰਦੇ ਹਨ। ਪਰ ਇਹ ਮਨਸ ਜਨਮ ਦੇ ਵਿੱਚ ਡਿਊਟੀ ਬਣਦੀ ਹੈ। ਮੈਂ ਕਿਹੜਾ ਕਰਮ ਕਰਨਾ ਹੈ? ਮੈਂ ਕਿਹੜਾ ਕਰਮ ਨਹੀਂ ਕਰਨਾ ਐਕਸਕਿਊਜ਼ ਨਾ ਬਣਾ ਲਵੇ ਕਿ ਜੋ ਵਾਇ ਗੁਰੂ ਕਰਾ ਰਹੇ ਨੇ ਉਹ ਮੈਂ ਕਰ ਰਿਹਾ ਹਾਂ ਠੀਕ ਹੈ ਉਹ ਤਾਂ ਤੈਨੂੰ ਖਿਡਾਰਾ ਰਹੇ ਨੇ ਮਾੜੇ ਪਾਸੇ ਵੀ ਲਾ ਰਹੇ ਹਨ ਚੰਗੇ ਮੰਦੇ ਆਪ ਲਾਇਨ ਤੇ ਨਾਲ ਤੈਨੂੰ ਕਹਿ ਵੀ ਦਿੱਤਾ ਹੈ ਤੇਰੇ ਕੋਲ ਮਾਨਸ ਜਨਮ ਹੈ ਤੂੰ ਜੋ ਕਰਨਾ ਹੈ ਮਨ ਵਿੱਚ ਡਰ ਰੱਖ ਕੇ ਕਰਨਾ ਹੈ ਮਨ ਵਿੱਚ ਭੈ ਰੱਖ ਕੇ ਕਰਨਾ ਹੈ ਪਰਮੇਸ਼ਰ ਤੋਂ ਡਰਨਾ ਹੈ ਵਾਹਿਗੁਰੂ ਜੀ ਤੋਂ ਡਰਨਾ ਹੈ ਇਹ ਦੁਨੀਆ ਬੜੀ ਵੱਡੀ ਖੇਡ ਹੈ ਹਰ ਬੰਦੇ ਨੇ ਆਪੋ ਆਪਣੀ ਖੇਡ ਚਾਰ ਕੁ ਦਿਨ 100 ਕੁ ਸਾਲ ਵੱਧ ਕੱਟ ਜਿੰਨਾ ਵੀ ਹੋ ਸਕਦਾ ਜਿੰਨਾ ਵਾਹਿਗੁਰੂ ਨੇ ਸਵਾਸ ਦਿੱਤੇ ਹਨ ਹਰ ਕੋਈ ਖੇਡਾਂ ਖੇਡ ਕੇ ਚਲਾ ਜਾਂਦਾ ਹੈ ਪਰ ਆਪਣੇ ਮੂਲ ਨੂੰ ਭੁੱਲ ਜਾਂਦਾ ਹੈ ਵੀਹ ਹੋਣ ਨੂੰ ਭੁੱਲ ਜਾਂਦਾ ਹੈ ਜੇ ਗੁਰਬਾਣੀ ਨੂੰ ਪੜੇ ਸੁਣੇ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਾਇਆ ਦਾ ਪ੍ਰਭਾਵ ਦੁਨੀਆਂ ਦਾ ਪ੍ਰਭਾਵ ਆ ਜਿਹੜਾ ਦੁਨੀਆ ਦਾ ਜੋੜ ਹੈ ਜਿਨੇ ਮਾਨ ਨੂੰ ਆਪਣੇ ਨਾਲ ਜੋੜ ਲਿਆ ਹੈ ਗੰਢ ਬਨ ਲਈ ਹੈ ਹੁਣ ਇਹ ਗੰਢ ਖੁੱਲਦੀ ਨਹੀਂ ਛਿਪ ਗਿਆ ਮੂਲ ਬੰਦੇ ਦਾ ਨਹੀਂ ਪਤਾ ਲੱਗਦਾ ਕੌਣ ਸੀ ਤੇ ਕਿੱਥੋਂ ਆਇਆ ਤੇ ਕਿੱਥੇ ਜਾਣਾ ਸਭ ਭੁੱਲ ਭੁਲਾ ਗਿਆ ਮਾਇਆ ਹੀ ਮਾਇਆ ਮਾਇਆ ਹੀ ਮਾਇਆ ਮਾਇਆ ਮਨ ਹੋਂ ਨ ਵੀਸਰੇ ਮੰਗੇ ਧੰਮ ਦਮ ਇੱਕ ਇੱਕ ਦਮ ਨਾਲ ਪਾਵੇਂ ਬੱਚਾ ਹੈ ਤੇ ਪਾਵੇਂ ਬੁੱਢਾ ਹੈ ਇੱਕ ਇੱਕ ਦਮ ਨਾਲ ਮਨ ਮਾਇਆ ਮੰਗਦਾ ਹੈ ਜਿੱਥੇ ਮਾਇਆ ਹੈ ਉੱਥੇ ਹੀ ਬੰਦੇ ਦਾ ਮਨ ਹੈ ਕਦੀ ਵੀ ਮਨ ਨੂੰ ਢੂੰਡਣਾ ਹੋਵੇ ਇਹ ਕਿਤੇ ਨਹੀਂ ਲੱਭਦਾ ਇਹ ਉੱਥੇ ਹੀ ਲੱਭਦਾ ਹੈ ਜਿੱਥੇ ਸਭ ਕੁਝ ਇਸ ਨੇ ਰੱਖਿਆ ਹੋਇਆ ਹੈ ਜਿੱਥੇ ਇਹਦੀ ਮਾਇਆ ਹੈ ਧਨ ਸੰਪਤੀ ਜੋੜ ਕੇ ਰੱਖੀ ਹੋਈ ਹੈ ਮਨ ਦਾ ਟਿਕਾਣਾ ਉਹੀ ਹੋ ਬਣਿਆ ਰਹਿੰਦਾ ਹੈ ਦਮ ਦਮ ਦੇ ਨਾਲ ਕਨੈਕਟਡ ਰਹਦਾ ਹੈ ਮਾਇਆ ਮਨਹੁ ਨਾ ਵੀਸਰੈ ਭੁੱਲਦੀ ਨਹੀਂ ਮਾਇਆ ਇਸ ਮਾਇਆ ਤੋਂ ਕੌਣ ਮੁਕਤ ਕਰਵਾਵੇ ਇੱਕ ਧੰਗ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬਾਜਾਂ ਵਾਲੇ ਕਲਗੀਆਂ ਵਾਲੜੇ ਦਾ ਤਾਰ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਗੁਰਬਾਣੀ ਦੇ ਲੜ ਲਾਇਆ ਹੈ ਜਾਣ ਲੱਗਿਆਂ ਕਹਿ ਦਿੱਤਾ ਰੋਜ਼ ਦੋਹਰਾ ਪੜ੍ਹਦੇ ਹਾਂ ਜੋ ਹੁਕਮ ਹਨ ਬਸ ਉਹਨਾਂ ਨੂੰ ਮੰਨ ਲਈਏ ਤਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੇ ਇਸ ਮਾਈ ਆਰਡਰ ਟੂ ਆਲ ਸਿੱਖਸ ਯੂਆਰ ਗੁਰੂ ਇਜ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਫੋਰ ਐਵਰ ਆਫਟਰ ਮੀ ਸਦਾ ਵਾਸਤੇ ਸਾਡੇ ਤੋਂ ਬਾਅਦ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਤੁਹਾਡੇ ਗੁਰੂ ਹਨ ਸ਼ਬਦ ਤੁਹਾਡਾ ਗੁਰੂ ਹੈ ਸ਼ਬਦ ਗੁਰੂ ਸੁਰਤ ਤੋਂ ਚੇਲਾ ਤੁਹਾਡੀ ਸੁਰਤ ਮੈਮਰੀ ਜਿਹੜੀ ਹੈ ਐਡੀਸਾਈਪਲ ਬਣ ਜਾਵੇ ਚੇਲਾ ਬਣ ਜਾਵੇ ਚੇਲਾ ਬਣ ਕੇ ਸਟੂਡੈਂਟ ਬਣ ਕੇ ਸਾਰੀ ਗੁਰਬਾਣੀ ਨੂੰ ਸੁਣਨਾ ਕਰੇ ਪੜ੍ਹਨਾ ਕਰੇ ਵਿਚਾਰਨਾ ਕਰੇ ਜੇ ਮੈਂ ਸਕੂਲਾਂ ਵਿੱਚ ਪੜਨ ਜਾਂਦਾ ਹੈ ਤੇ ਕਹਿ ਦਿੰਦੇ ਨੇ ਇਹ ਸਕੂਲ ਜਾਂਦਾ ਹੈ ਇਹ ਪੜਦਾ ਹੈ ਇਹਦੀ ਪੜ੍ਹਾਈ ਬਹੁਤ ਚੰਗੀ ਹੈ ਇਸੇ ਤਰ੍ਹਾਂ ਗੁਰੂ ਘਰ ਵਿੱਚ ਜਾ ਕੇ ਜੋ ਗੁਰਬਾਣੀ ਨੂੰ ਪੜ੍ਹਦਾ ਹੈ ਸੁਣਦਾ ਹੈ ਉਹਦੀ ਪੜ੍ਹਾਈ ਬੜੀ ਚੰਗੀ ਹੋ ਜਾਂਦੀ ਹੈ ਉਹਦਾ ਜੀਵਨ ਜਿਹੜਾ ਹੈ ਪਿਆਰਿਓ ਸਫਲ ਹੋ ਜਾਂਦਾ ਹੈ ਗੁਰਬਾਣੀ ਸੁਣ ਸੁਣ ਕੇ ਸੇਵਾ ਕਰਨੀ ਆ ਜਾਂਦੀ ਹੈ ਨਾਮ ਜਪਣਾ ਆ ਜਾਂਦਾ ਹੈ ਤੇ ਜਦੋਂ ਨਾਮ ਜਪਦਾ ਹੈ ਇਹ ਮਨ ਫਿਰ ਚੰਗੇ ਕਰਮ ਕਰਨ ਲੱਗ ਪੈਂਦਾ ਹੈ ਇਹ ਤੇ ਕਹਿੰਦੇ ਰੇ ਦਾ ਨਾਮ ਜਪੋ ਨਾਮ ਜਪੋ ਨਾਮ ਜਪੋ ਨਾਮ ਜਪੋ ਇਹ ਵੀ ਕਿਹਾ ਕਰੀਏ ਕਿ ਨਾਮ ਜਪ ਕੇ ਕਰਮ ਚੰਗੇ ਕਰੀਏ ਕਰਮ ਹੀ ਆਪੋ ਆਪਣੇ ਇਹ ਵੀ ਪ੍ਰਚਾਰ ਬਹੁਤਾ ਚਾਹੀਦਾ ਹੈ ਕੇ ਨਾਮ ਜਪਾਂਗੇ ਜਿਵੇਂ ਦਹੀਂ ਜਮਾਈ ਦਾ ਬੜਾ ਸਾਹਮ ਸਾਹਮ ਕੇ ਰੱਖਣਾ ਪੈਂਦਾ ਹੈ ਲਪੇਟ ਲਪੇਟ ਕੇ ਹਵਾ ਨਾ ਲੱਗ ਜਾਵੇ ਤਾਂ ਜਾ ਕੇ ਗਾਚਾ ਜੰਮਦਾ ਹੈ ਦਹੀਂ ਦਾ ਜਾਗ ਤੇ ਮਾੜੀ ਜੀ ਹੁੰਦੀ ਹੈ ਭਾਵੇਂ ਚਮਚਾ ਹੋਵੇ ਥੋੜੀ ਜੀ ਜਾਗ ਲਾਈ ਦੀ ਉਹਦੇ ਨਾਲ ਸਾਰਾ ਦਹੀਂ ਜੰਮ ਜਾਂਦਾ ਹੈ ਦੁੱਧ ਜੰਮ ਜਾਂਦਾ ਹੈ ਦਹੀਂ ਬਣ ਜਾਂਦਾ ਹੈ ਜਾਗ ਲਾਉਣੀ ਹੈ ਸਤਨਾਮ ਸ੍ਰੀ ਵਾਹਿਗੁਰੂ ਜੀ ਮੂਲ ਮੰਤਰ ਦੀ ਕੋ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਮਨ ਨੂੰ ਕਹਿਣਾ ਹੈ ਜਪੋ ਮਨ ਕੋਸ਼ਨ ਕਰਦਾ ਹੈ ਕੀ ਜਪਾਂ ਆ ਦੇ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਤਾਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨ ਮੰਣਨੇ ਹਨ ਜਪੋ ਮਨ ਸਤਨਾਮ ਜੇ ਮਨ ਕਵੇ ਕਿੰਨਾ ਕਿ ਚਰ ਜਾਪਾਂ ਤੇ ਕਹਿਣਾ ਹੈ ਜਿਵੇਂ ਗੁਰਬਾਣੀ ਦੇ ਫਰਮਾਨ ਹਨ ਸਦਾ ਸਤਨਾਮ ਸਦਾ ਹੀ ਆਖਣਾ ਹੈ ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਘਰ ਦੀ ਸੇਵਾ ਕਰਨੀ ਹੈ ਸਤਗੁਰਾਂ ਦੀ ਸੇਵਾ ਕਰਨੀ ਹੈ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਵੇਲੇ ਸਾਡੇ ਸਤਗੁਰੂ ਹਨ ਗੁਰਬਾਣੀ ਸਾਡੀ ਗੁਰੂ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਜਮਦੂਤਾਂ ਦਾ ਡਰ ਚਲਾ ਜਾਂਦਾ ਹੈ ਟਲ ਹੈ ਜਾਮ ਕੇ ਦੂਤ ਟਲ ਹੈ ਜਾਮ ਕੇ ਦੂਤ ਤਹ ਉਹਦੇ ਜਮਾਂ ਦੇ ਡਰ ਜਮਦੂਤਾਂ ਦੇ ਡਰ ਕਿਉਂਕਿ ਬੰਦਾ ਡਰਦਾ ਰਹਿੰਦਾ ਹੈ ਕੀ ਪਤਾ ਕੀ ਬਣੇਗਾ ਕਿਹੜੀ ਕਿਹੜੀ ਸਜ਼ਾ ਮਿਲੇਗੀ ਕਿਸੇ ਨੂੰ ਦੱਸਦਾ ਨਹੀਂ ਪਰ ਅੰਦਰ 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 ਡਰਦਾ ਹੀ ਰਹਿੰਦਾ ਹੈ ਕਰਮ ਜੇ ਐਸੇ ਕਰ ਬੰਦਾ ਉਹ ਕਰਮ ਵੀ ਇਦਾਂ ਦੇ ਬੰਦਾ ਕਰਦਾ ਹੈ ਕਿਸੇ ਨੂੰ ਦੱਸ ਵੀ ਨਹੀਂ ਸਕਦਾ ਬੰਦੇ ਦੇ ਮਨ ਨੂੰ ਪਤਾ ਹੈ ਜਾਂ ਵਾਹਿਗੁਰੂ ਜੀ ਨੂੰ ਪਤਾ ਹੈ ਹੋਰ ਸਾਰਿਆਂ ਦੇ ਕੋਲੋਂ ਲੁਕੋ ਲੈਂਦਾ ਹੈ ਪੜਦੇ ਪਾ ਲੈਂਦਾ ਹੈ ਪਰ ਕਿੱਤਰ ਗੋਪਤੀ ਜਬ ਲੇਖਾ ਮੰਗੈ ਤਬ ਕੌਣ ਪੜਦਾ ਤੇਰਾ ਢੱਕੇ ਹੁਣ ਤੇ ਤੂੰ ਉਹਲੇ ਕਰ ਲੈਣਾ ਪਰਦੇ ਪਾ ਲੈਣਾ ਚਿੱਤਰਦਾ ਜਾਂਦਾ ਹੈ ਦਿਨ ਵੇਲੇ ਚਿੱਤਰ ਜਿਵੇਂ ਫੋਟੋ ਚਿੱਤਰਦਾ ਕੋਈ ਤੇਵੇਂ ਸਵੇਰ ਤੋਂ ਲੈ ਕੇ ਜਦੋਂ ਅੰਮ੍ਰਿਤ ਵੇਲੇ ਉੱਠਦਾ ਹੈ ਸ਼ਾਮ ਤੱਕ ਤੇਰੀ ਫੋਟੋ ਚਿੱਤਰੀ ਜਾਂਦੀ ਹੈ ਕੀ ਕੀਤਾ ਹੈ ਸਾਰੇ ਦਿਨ ਵਿੱਚ ਉਪਤ ਏਵੀ ਔਨ ਲਾਈਟ ਸਾਰੀ ਰਾਤ ਤੇਰੇ ਲੇਖੇ ਲਿਖਦਾ ਰਹਿੰਦਾ ਹੈ ਰਾਤ ਕਿਹੜੇ ਕਿਹੜੇ ਕਰਮੇ ਨੇ ਕੀਤੇ ਹਨ ਜੇ ਤਾਂ ਚੰਗੇ ਕੀਤੇ ਹਨ ਬਚ ਜਾਂਦਾ ਹੈ ਨਹੀਂ ਤੇ ਧਰਮਰਾਜ ਸਾਰੇ ਲੇਖੇ ਦੇਖ ਕੇ ਸਜਾਵਾਂ ਦਿੰਦਾ ਹੈ ਜਮਦੂਤਾਂ ਦਾ ਡਰ ਟਲ ਜਾਂਦਾ ਇਹਦੀ ਸਾਧ ਸੰਗਤ ਕਰੇ ਸਤਿਗੁਰੂ ਜੀ ਸਾਧੂ ਰੂਪ ਹਨ ਜੋ ਜੋ ਸੰਗ ਮਿਲੇ ਸਾਧੂ ਕੇ ਤੇ ਤੇ ਪਤਤ ਪੁਨੀਤਾ ਪਤਤ ਤੋਂ ਉਹ ਪੁਨੀਤ ਹੋ ਜਾਂਦੇ ਹਨ ਜੇ ਤਾਨ ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ ਨੂੰ ਸੁਣਦੇ ਹਨ ਦਸਮੇਸ਼ ਪਿਤਾ ਬਾਜਾ ਬਾਲੜੇ ਦਾਤਾਰ ਪਾਤਸ਼ਾਹ ਮਹਾਰਾਜ ਜੀ ਦੇ ਹੁਕਮ ਨੂੰ ਮੰਨ ਲੈਂਦੇ ਹਨ ਮਨ ਵਿੱਚ ਦਇਆ ਲਿਆਉਂਦੇ ਹਨ ਧਰਮ ਲਿਆਉਂਦੇ ਹਨ ਤਲਹਿ ਜਾਮ ਕੇ ਦੂਤ ਤੇਹ ਜੋ ਸਾਧੂ ਸੰਗ ਸਮਾਹ ਜਿਹੜੇ ਸਾਧ ਸੰਗਤ ਵਿੱਚ ਸਮਾ ਜਾਂਦੇ ਹਨ ਜਿਵੇਂ ਦਹੀਂ ਦੇ ਵਿੱਚ ਜਾਗ ਪਾਈ ਦੀ ਤਾਂ ਨਹੀਂ ਜੰਮਦਾ ਜਿਹੜੇ ਸਾਧ ਸੰਗਤ ਵਿੱਚ ਆ ਕੇ ਨਾਮ ਜਪਦੇ ਹਨ ਸਿਮਰਨ ਕਰਦੇ ਹਨ ਉਹਨਾਂ ਦਾ ਭਲਾ ਹੋ ਜਾਂਦਾ ਹੈ ਉਹਨਾਂ ਦਾ ਭਲਾ ਹੋ ਜਾਂਦਾ ਹੈ ਜ਼ਿੰਦਗੀ ਉਹਨਾਂ ਦੀ ਸਫਲ ਹੋ ਜਾਂਦੀ ਹੈ ਤਲਹੇ ਜਾਮ ਕੇ ਦੂਤ ਜੋ ਸਾਧੂ ਸੰਗ ਸਮਾਹ ਅੰਗ ਹੈ 255 255 ਧੰਨ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ ਦਾ ਸਾਧ ਸੰਗਤ ਕਰਿਆ ਕਰੀਏ ਨਾਮ ਜਪਿਆ ਕਰੀਏ ਗੁਰੂ ਪੂਰੇ ਸਾਧੂ ਹਨ ਜੋ ਜੋ ਸੰਗ ਮਿਲੇ ਸਾਧੂ ਕੇ ਤੇ ਤੇ ਪਤਿਤ ਪੁਨੀਤਾ ਆਪਣੇ ਮਨ ਦੀ ਇਕਾਗਰਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਾਲ ਗੁਰਬਾਣੀ ਵਾਲ ਰੱਖਣੀ ਹੈ ਜਿੰਨੇ ਵੀ ਜੀ ਹਨ ਹੁਕਮ ਅਨਸਾਰ ਪੈਦਾ ਹੁੰਦੇ ਹਨ ਹੁਕਮਨ ਦੇ ਨਾਲ ਉਤਪਤੀ ਹੁੰਦੀ ਹੈ ਜਨਮ ਹੁੰਦੇ ਹਨ ਮਾਵਾ ਜਨਮ ਦਿੰਦੀਆਂ ਹਨ ਮਾਇ ਨਾ ਹੋਤੀ ਬਾਪ ਨਾ ਹੋਤਾ ਕਰਮ ਨਾ ਹੋਤੀ ਕਾਇਆ ਕਰਮਾਂ ਵਿੱਚ ਇਹ ਮਨੁੱਖਾ ਜਨਮ ਮਿਲਦਾ ਹੈ ਜਦੋਂ ਉਹਦੋਂ ਵਾਹਿਗੁਰੂ ਜੀ ਵਿੱਚ ਪਾ ਦਿੰਦੇ ਹਨ ਹਕਮ ਨਾਲ ਜੀ ਆਂਦੀ ਉਤਪਤੀ ਹੁੰਦੀ ਹੈ ਤੇ ਹਕਮ ਨਾਲ ਜੀਵ ਇਸ ਤਨ ਨੂੰ ਪਾਲ ਪੋਸ ਕੇ ਵੱਡਾ ਕਰਕੇ ਬੁੱਢਾ ਕਰਕੇ ਇੱਥੇ ਛੱਡ ਕੇ ਚਲੇ ਜਾਂਦੇ ਹਨ ਤਾਂ ਹੀ ਉਤੇ ਗੁਰਬਾਣੀ ਸਮਝਾਉਂਦੀ ਹੈ ਨਾਮ ਜਪੋ ਨਾਮ ਦੇ ਨਾਲ ਨਾਲ ਕੰਮ ਚੰਗੇ ਕਰੋ ਜਿਹਨੂੰ ਗੁਰਬਾਣੀ ਵਿੱਚ ਕਰਮ ਆਖਿਆ ਹੈ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ ਅਰਦਾਸ ਕਰੋ ਸਤਿਗੁਰੂ ਜੀ ਸਾਡੇ ਕਰਮ ਸਾਡੇ ਤੋਂ ਸਾਨੂੰ ਉਨਾ ਨੇ ਕਰਮਾਂ ਨੇ ਦੂਰ ਕਰ ਦਿੱਤਾ ਹੈ ਕਰਮ ਇਹੋ ਜੇ ਕਰਵਾਓ ਸਾਡੇ ਕੋਲੋਂ ਸੇਵਾ ਸਿਮਰਨ ਬੰਦਗੀ ਵਾਲ ਲਾਓ ਅਕਾਲ ਪੁਰਖ ਜੀ ਹੁਕਮ ਨਾਲ ਜੀ ਆਉਂਦੇ ਹਨ ਹੁਕਮ ਨਾਲ ਚਲੇ ਜਾਂਦੇ ਹਨ ਹੁਕਮੇ ਹੋਵਨ ਜੀ ਹੁਕਮ ਮਿਲਿਆ ਵਡਿਆਈ ਵਡਿਆਈਆਂ ਵੀ ਮਿਲਦੀਆਂ ਹਨ ਦੁਨੀਆ ਵਿੱਚ ਹੁਕਮ ਆਵੇ ਹੁਕਮੇ ਜਾਏ ਆਗੇ ਪਾਛੇ ਹੁਕਮ ਸਮਾਏ 151 151 ਅੰਗ ਹੈ ਪੰਜ ਤੱਤਾਂ ਨੇ ਦੇ ਨਾਲ ਹੀ ਰਚਨਾ ਕੀਤੀ ਹੈ ਵਾਹਿਗੁਰੂ ਜੀ ਨੇ ਹਵਾ ਮਿੱਟੀ ਆ ਜਿਹੜੇ ਸਾਹ ਹੁੰਦੇ ਹਨ ਆ ਜਿਹੜੀ ਦੇਹ ਹੈ ਇਹਨੂੰ ਮਿੱਟੀ ਕਹਿੰਦੇ ਹਨ ਮਿੱਟੀ ਦੀ ਢੇਰੀ ਪੰਜ ਤਤ ਮਿਲੇ ਕਾਇਆ ਕਿੰਨੀ ਪੰਜਾਂ ਤਤਾਂ ਨਾਲ ਕਾਇਆ ਬਾਡੀ ਦੇ ਸਰੀਰ ਬਣਾਇਆ ਹੈ ਮਾਲਕ ਨੇ ਕਿਸੇ ਮਹਿਰਾਮ ਰਤਨ ਲੈ ਚੀਨੀ ਜਦੋਂ ਗੁਰਬਾਣੀ ਪੜੋ ਸ਼ਬਦ ਪੜੋ ਅਕਾਲ ਪੁਰਖ ਜੀ ਦਾ ਨਾਮ ਜਪੋ ਤਾਂ ਇਹਦੀ ਪਛਾਣ ਆਉਂਦੀ ਹੈ ਪੰਜਾਂ ਤਤਾਂ ਦੀ ਤਾਂ ਮਨ ਜੁੜਦਾ ਹੈ ਮਾਲਕ ਨਾਲ ਅਕਾਲ ਪੁਰਖ ਵਾਹਿਗੁਰੂ ਜੀ ਨਾਲ ਤਾਂ ਆਪਣੀ ਆਤਮਾ ਦਾ ਪਤਾ ਲੱਗਦਾ ਹੈ ਆਤਮ ਰਾਮ ਰਾਮ ਹੈ ਆਤਮ ਹਰ ਪਾਈਏ ਸ਼ਬਦ ਵਿਚਾਰਾ ਜਦੋਂ ਗੁਰਬਾਣੀ ਨੂੰ ਪਿਆਰ ਕਰਾਂਗੇ ਗੁਰਬਾਣੀ ਨਾਲ ਪੜਾਂਗੇ ਇਹ ਮਨਨ ਗੁਰਬਾਣੀ ਨੂੰ ਦਿਲੋਂ ਪੜੇਗਾ ਜਦੋਂ ਕਿਉਂਕਿ ਦਿਲ ਤੇ ਮਨ ਨੂੰ ਇੱਕ ਕਰਨਾ ਪੈਂਦਾ ਹੈ ਮਨ ਆਪ ਹੀ ਮੋਜਾਂ ਕਰਦਾ ਰਹਿੰਦਾ ਹੈ ਦਿਲ ਦੀ ਕੋਈ ਗੱਲ ਨਹੀਂ ਸੁਣਦਾ ਦਿਲ ਤੇ ਕਹਿੰਦਾ ਮੈਂ ਚੱਲਾਂ ਗੁਰਦੁਆਰਾ ਸਾਹਿਬ ਮੈਂ ਜਾ ਕੇ ਕੀਰਤਨ ਕਰਾਂ ਮੈਂ ਗੁਰਬਾਣੀ ਪੜ੍ਹਾਂ ਮੈਂ ਨਾਮ ਜਪਾਂ ਮੈਂ ਲੰਗਰ ਦੇ ਭਾਂਡੇ ਜਾ ਕੇ ਮਾਝਾਂ ਪਰ ਮਨ ਨਹੀਂ ਮਾਂਜਣ ਦਿੰਦਾ ਮਨ ਨਹੀਂ ਕੀਰਤਨ ਕਰਨ ਦਿੰਦਾ ਮਨ ਨਹੀਂ ਗੁਰੂ ਘਰ ਲੈ ਕੇ ਜਾਂਦਾ ਮਨ ਜਿੱਥੇ-ਜਿੱਥੇ ਇਹਦੀ ਇੱਛਾ ਹੈ ਉੱਥੇ-ਉੱਥੇ ਲੈ ਫਿਰਦਾ ਹੈ ਨਹੀਂ ਤੇ ਆਤਮ ਆਰਾਮ ਦੇ ਵਿੱਚ ਹੀ ਅਕਾਲ ਪੁਰਖ ਵਾਹਿਗੁਰੂ ਜੀ ਵਸਦੇ ਹਨ ਆਤਮ ਰਾਮ ਹੈ ਆਤਮ ਹਰ ਪਾਈਏ ਸਬਦ ਵਿਚਾਰਾ ਇੱਕ ਹਜ਼ਾਰਤੀ ਅੰਗ ਹੈ ਧੰਨ 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 ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਦਾ ਮਾਂ ਦਾ ਲਹੂ ਨਾ ਹੁੰਦਾ ਪਿਤਾ ਦਾ ਬਿੰਦੂ ਨਾ ਹੁੰਦਾ ਰਕਤ ਬਿੰਦ ਕਾ ਇਹ ਤਨੋਂ ਇਹ ਜਿਹੜਾ ਤਨ ਹੈ ਬਾਡੀ ਹੈ ਦੇਹ ਹੈ ਸਰੀਰ ਹੈ ਇਹ ਮਾਂ ਦੇ ਲਹੂ ਦਾ ਕਿ ਪਿਤਾ ਦੇ ਪਿੰਦ ਦਾ ਹੈ ਪਿੰਦ ਤੇ ਜਿੰਨ ਪਿੰਡ ਕੀਆ ਇਹਨੂੰ ਪਿੰਡ ਕਹਿੰਦੇ ਨੇ ਜਿੰਨੂੰ ਦਸੋਂ ਮੋਲਾਂ ਲੱਗੀਆਂ ਹੋਈਆਂ ਨੇ ਹੱਥ ਲੱਗੇ ਹੋਏ ਨੇ ਅੱਖਾਂ ਲੱਗੀਆਂ ਹੋਈਆਂ ਨੇ ਕੰਨ ਲੱਗੇ ਹੋਏ ਨੇ ਨੱਕ ਲੱਗਾ ਹੋਇਆ ਹੈ ਗੋਡੇ ਗਿੱਟੇ ਪੈਰ ਹੱਥ ਗੁਪਤੇਂਦਰੀਆਂ ਸਾਰਾ ਕੁਝ ਲੱਗਾ ਹੋਇਆ ਏ ਪਿੰਡ ਹੈ ਔਰ ਅਕਤ ਬਿੰਦ ਕਾ ਇਹ ਤਨੋ ਇਹ ਤਨ ਜਿਹੜਾ ਹੈ ਅਗਨੀ ਪਾਸੇ ਪਰਾਨ ਅੰਗ ਹੈ ਤਨ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ ਦਾ 63 6 3 63 ਅੰਗ ਹੈ ਸਿੱਧ ਗੋਸ਼ਟ ਵਿੱਚ ਵੀ ਸਤਿਗੁਰਾਂ ਨੇ ਜਦੋਂ ਵਾਰਤਾ ਲਾਪ ਕੀਤੀ ਹੈ ਰਕਤ ਬਿੰਦ ਕੀ ਮੜੀ ਨਾ ਹੋਤੀ ਇਹ ਲਉ ਵਾਲੀ ਮੜੀ ਨਾ ਹੁੰਦੀ ਮਨ ਕਿਥੇ ਰਹਿੰਦਾ ਮੈਂ ਕੀਮਤ ਨਹੀਂ ਪਾਈ ਇਹਨੂੰ ਸਮਝਣੇ ਪਈ ਇਹਨੇ ਕੀਮਤ ਨਹੀਂ ਪਾਈ ਸਮਝਿਆ ਨਹੀਂ ਇਸ ਮੜੀ ਨੂੰ ਮ੍ਰਿਤਕ ਮੜਾ ਸਰੀਰ ਹੈ ਇੰਜ ਵੀ ਗੁਰਬਾਣੀ ਦੇ ਹੁਕਮ ਹਨ ਇਹ ਮ੍ਰਿਤਕ ਜਦੋਂ ਹੋ ਜਾਂਦਾ ਮੜਾ ਬਣ ਜਾਂਦਾ ਉਦਾਸ ਨਾ ਹੋਇਆ ਕਰੋ ਇਹੋ ਜੀ ਗੁਰਬਾਣੀ ਜ਼ਰੂਰ ਮਨ ਵਿੱਚ ਵਸਾਇਆ ਕਰੋ ਆ ਦੁਨੀਆ ਦਾ ਪ੍ਰਭਾਵ ਜਿਹੜਾ ਮਨ ਤੇ ਪੈ ਗਿਆ ਹੈ ਆਪਣੇ ਵੱਲੇ ਨੂੰ ਮਨ ਨੂੰ ਖਿੱਚ ਲਿਆ ਹੈ ਦੁਨੀਆ ਨੇ ਹੁਣ ਇਹਦੇ ਤੋਂ ਛੁਡਾਉਣ ਵਾਲਾ ਕੋਈ ਨਹੀਂ ਇੱਕੋ ਇੱਕ ਗੁਰਬਾਣੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਿਹੜੀ ਛੁਡਾ ਸਕਦੀ ਹੈ ਦਾਸ ਦਿਲਬਾਗ ਸਿੰਘ ਪਾਸੋਂ ਗੁਰਬਾਣੀ ਪੜਦੇ ਆਂ ਕਈ ਭੁੱਲਾਂ ਹੋ ਜਾਂਦੀਆਂ ਹਨ ਦਾਸ ਨੂੰ ਖਿਮਾ ਕਰਦੇ ਹੋ ਮੈਂ ਭੁੱਲਣ ਹਾਰਾ ਕੱਲ ਵੀ ਇੱਕ ਭੁੱਲ ਹੋ ਗਈ ਸੀ ਗਿਆਨ ਹੈ ਕਾਰਨ ਕਰਮ ਅਭਿਆਸ ਕਹਿਣਾ ਸੀ ਕਿਹਾ ਗਿਆ ਸੀ ਕਰਿਆ ਅਭਿਆਸ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਾਰੀ ਸਾਧ ਸੰਗਤ ਰੱਬ ਹੈ ਵਿੱਚ ਸੰਗਤ ਹਰ ਪ੍ਰਭ ਵਸੇ ਜਿਉ ਮੈਨੂੰ ਖਿਮਾ ਕਰ ਦੇਣ ਦੀ ਕਿਰਪਾਲਤਾ ਕਰਨੀ ਅੱਜ ਵੀ ਕਈ ਭੁੱਲਾਂ ਹੋ ਜਾਂਦੀਆਂ ਹਨ ਗੁਰਬਾਣੀ ਅਥਾ ਸਾਗਰ ਹੈ ਸਾਗਰ ਦਾ ਅੰਤ ਪਾਉਣਾ ਬਹੁਤ ਔਖਾ ਹੈ ਗੁਰਬਾਣੀ ਵਿਚਾਰ ਲੀਡਸ ਯੁਕੇ ਤੋਂ ਸੇਵਾ ਕਰਦੇ ਹਾਂ ਜਿੰਨੀਆਂ ਵੀ ਪੁੱਲਾਂ ਹਨ ਮੈਨੂੰ ਬਖਸ਼ ਦਿਓ ਬਖਸ਼ ਦਿਓ ਬਖਸ਼ ਦਿਓ ਸਾਧ ਸੰਗਤ ਤੁਸੀਂ ਰੱਬ ਦਾ ਰੂਪ ਹੋ ਮੈਨੂੰ ਬਖਸ਼ ਦਿਓ ਨਾਮ ਜਪਿਆ ਕਰੋ ਆਪਣੇ ਮਨ ਨੂੰ ਆਖਿਆ ਕਰੋ ਜਪ ਮਨ ਸਤ ਨਾਮ ਸਦਾ ਸਤ ਨਾਮ ਆ ਮਾਇਆ ਦਾ ਪ੍ਰਭਾਵ ਜਿੰਨਾ ਪਿਆ ਹੋਇਆ ਹੈ ਜਿੰਨੇ ਸਾਡੀ ਹੋਂਦ ਬੀਂਗ ਹਸਤੀ ਹੀ ਭੁਲਾ ਦਿੱਤੀ ਹੈ ਮੂਲ ਹੀ ਸਾਡਾ ਭੁਲਾ ਦਿੱਤਾ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੋਲ ਪਛਾਣ ਜਿਵੇਂ ਕੋਈ ਆਪਣੇ ਵਸ ਵਿੱਚ ਕਰ ਲੈਂਦਾ ਹੈ ਇਹ ਦੁਨੀਆ ਨੇ ਵਸ ਵਿੱਚ ਕਰ ਲਿਆ ਹੈ ਮਨ ਨੂੰ ਮਨ ਨੂੰ छुड़ाਓ ਇਸ ਤੋਂ ਮਨ ਨੂੰ ਦੁਨੀਆ ਦੇ ਪ੍ਰਭਾਵ ਤੋਂ छुड़ाਓ ਧੰ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਨਾਲ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਇਸ ਨੂੰ ਜੋੜ ਨਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ